ਉਹ ਜਿਹਦਾ ਤੁਹਾਡਾ ਮੋਬਾਈਲ ਕਿੱਥੇ ਗਿਆ? ਮੇਰਾ ਜੇਬ ਚ ਦੋ ਨਹੀਂ ਨਾ ਫੜੇ ਜਾਣੇ, ਇੱਕ ਆਇਆ ਇਹਨੇ ਫਰ ਕਰਨ ਮੋਬਾਈਲ ਫੜਾਇਆ ਤੂੰ? ਹਾਂ ਜੀ ਹਾਂ ਜੀ। ਅੱਛਾ ਉਹ ਇੱਕ ਮਿੰਟ, ਲੱਡੂ ਵਾਲਾ ਰਹਿ ਗਿਆ। ਨਹੀਂ ਆਈ ਆ ਗਈ ਆ ਸਾਰੀ ਇੱਕ ਚੀਜ਼ ਨਾ ਮੁੰਡਾ ਖਿੱਚੀ ਜਾਂਦਾ ਮੇਰੇ ਕੋਲ ਪਹੁੰਚ ਜਾਣੀ ਤੇਰੇ ਕੋਲ। ਸਰਵਰ ਸਾਹਿਬ ਹੋਰ ਉਸਤਾਦ ਕਿਹੜਾ ਕੋਈ ਮਾਰ ਮੈਂ ਤੇ ਵੇਖਣ ਡਿਆ ਮੋਬਾਈਲ। ਉਹ ਕਹਿ ਨਹੀਂ ਸਕਦਾ ਕੋਈ ਉਸਤਾਦ ਹੈਗਾ ਦੰਦਰ ਵਾਲੇ ਆਪਣਾ ਵਿਜੇ ਸਤਾਜ ਹੀ ਹੈਗੇ ਨਾ ਇਹਨਾਂ ਚ। ਆ ਕੋਈ ਕਹਿੰਦੇ ਵੀਰ ਵੀ ਉਸਤਾਦ ਆ ਛੇਰੇ ਚੱਲ। ਆ ਛੇਰੇ ਯਾਰ ਕੀ ਕਰਦਾ ਪੁੱਤ ਛੇਰੇ ਜਾ ਕੇ ਸੋ ਆ ਛੇਰੇ ਤੂੰ ਕਬੂਲ ਲੋ ਸਾਹ ਤੂੰ ਕੱਢ ਕੱਢ ਗਏ ਹੋਇਆ ਅੱਗੇ ਹੋ ਮਗਾ ਫੜੀ ਹੋ ਓਕੇ ਹੋ ਗੋਲੀ ਚਲਾਣੀ ਆਉਂਦੀ ਸੀ ਲਿਆ ਰਸਤਾ ਜੀ ਕੱਢੀ ਖੈਰ ਅੱਜ ਮੈਂ ਦੋ ਲਫ਼ਜ਼ ਬੋਲਣੇ ਚਾਹੁੰਦਾ ਵੀ ਮੂਵੀ ਬਣ ਰਹੀ ਆ ਤੇ ਸਾਰੇ ਜਿੰਨੇ ਮੇਰੇ ਜੀ ਅੰਮ੍ਰਿਤਸਰ ਤੋਂ ਕਬੂਤਰ ਖਿਡਾਰੀ ਬਟਾਲੇ ਤੋਂ ਗੁਰਦਾਸਪੁਰੋਂ ਆਏ ਆ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਪਿਆਰ ਇੰਨਾ ਦਿੰਦੇ ਆ ਅਤੇ ਮੈਂ ਆਇਆ ਜਲੰਧਰੋਂ, ਮੈਂ ਬਿਮਾਰ ਵੀ ਫਿਰ ਵੀ ਪਹੁੰਚਿਆ ਵਾਂ, ਕਿਉਂ ਇਹਨਾਂ ਦਾ ਪਿਆਰ ਖਿੱਚ ਕੇ ਮੈਨੂੰ ਲਿਆਇਆ ਫੌਜੀ ਸਾਹਿਬ ਦਾ, ਅਤੇ ਫੌਜੀ ਸਾਹਿਬ ਦਾ ਮੈਂ ਬਹੁਤ ਥੈਂਕ ਯੂ ਕਰਦਾ ਅੱਜ ਸਾਡੇ ਕੋਲੋਂ ਮੇਰੇ ਉਸਤਾਦ ਜੀ ਕਰਮ ਸਿੰਘ ਜੀ ਕੋਲ ਅਤੇ ਸਾਡੇ ਕੋਲੋਂ ਉਦਘਾਟਨ ਕਰਾ ਰਿਹਾ ਆਪਣੇ ਖੁੱਡੇ ਦਾ, ਅਤੇ ਮੈਨੂੰ ਬੜੀ ਖੁਸ਼ੀ ਆ ਵੀ ਬਿਲਡਿੰਗ ਨਵੀਂ ਬਣਾਈ ਆ ਫੌਜੀ ਸਾਹਿਬ ਨੇ ਅਤੇ ਸਾਡੇ ਕਬੂਤਰਾਂ ਵਾਸਤੇ ਹੀ ਬਣਾਈ ਗਈ ਹੈ। ਮੈਨੂੰ ਪਤਾ ਲੱਗ ਗਿਆ ਵੀ ਚਲੋ ਇੱਥੇ ਸਾਰੇ ਕਬੂਤਰਾਂ ਵਾਲੇ ਬੈਠਿਆ ਕਰਨਗੇ ਆ ਕੇ, ਜਿਹਦੇ ਆਪਣੇ ਗੁਰ ਭਾਈ ਆ ਭਰਾ ਵਾ ਉਸਤਾਦ ਆ ਸਾਰੇ ਇੱਥੇ ਆ ਕੇ ਰੈਸਟ ਕਰ ਸਕਦੇ ਆ ਅਤੇ ਕਬੂਤਰ ਲਾ ਕੇ ਬਾਜ਼ੀਆਂ ਵੀ ਦੇਖਾਂਗੇ ਇੱਥੇ, ਅਤੇ ਹਰ ਸਾਲ ਹੁੰਦੀਆਂ ਅੱਗੇ ਫੌਜੀ ਬੱਲੇ ਬੱਲੇ ਕਰਾ ਰਿਹਾ, ਸਾਡੀ ਐਰਕੀ ਵੀ ਕਾਫੀ ਜਿੱਤਿਆ ਫੌਜੀ, ਪਿਛਲੇ ਸਾਲ ਵੀ ਜਿੱਤਿਆ, ਉਸ ਤੋਂ ਪਿਛਲੇ ਸਾਲ ਵੀ ਜਿੱਤਿਆ, ਹਰ ਸਾਲ ਬੱਲੇ ਬੱਲੇ ਫੌਜੀ ਸਾਹਿਬ ਨੇ ਕਰਾਈ ਆ। ਕਿਉਂ ਇਹ ਚੰਗੇ ਉਸਤਾਦਾਂ ਵਾਲੇ ਚੇਲਿਆਂ ਦਾ ਇਹ ਪਤਾ ਹੁੰਦਾ ਵੀ ਇਹ ਚੇਲਾ ਸਾਡਾ ਕਾਮਯਾਬ ਵਾ, ਸਾਡਾ ਨਾਂ ਕਰਦਾ ਪਿਆ ਵਾ, ਇਸ ਲਈ ਅੰਮ੍ਰਿਤਸਰ 'ਚ ਇਹਨੇ ਨਾਂ ਬਣਾ ਲਿਆ, ਅਤੇ ਬਹੁਤ ਖੁਸ਼ੀ ਆ ਅਤੇ ਮੈਂ ਇਹਨੂੰ ਫੌਜੀ ਸਾਹਿਬ ਦੇ ਥੈਂਕ ਯੂ ਕਹਿੰਦਾ ਸਾਰੇ ਜਣੇ ਤਾੜੀਆਂ ਮਾਰ ਕੇ ਫੌਜੀ ਸਾਹਿਬ ਦਾ ਉਦਘਾਟਨ ਕਰਨਾ। ਆਪਾਂ ਅੱਜ ਉਦਘਾਟਨ ਕਰਾਂਗੇ ਅਤੇ ਹੁਣ ਉਦਘਾਟਨ ਹੋ ਰਿਹਾ ਸਾਡੇ ਫੌਜੀ ਸਾਹਿਬ ਦੇ। ਵਧਾਈਆਂ ਇੱਧਰ ਮਨ ਲਾ ਕੇ ਪਾਈਆਂ ਆਇਓ ਬਾਹਰ ਆਇਓ ਬੰਦ ਕਰ ਰਹੀ ਹੈ।